सरकार ने प्रधान बनाओ देवेंद्र प्रणव तुम जिस दिन का इंतजार कर रहे थे आज वो दिन आ गया जिन्हों तुम कहते थे दुनिया के लोगों को जरा हंकारी पहलवान ढाया नहीं जाता आप किसान मजदूर का एक जिन्हों दुनिया की बहुत बड़ी ताकत समझा जाता सी
ਜਿਹਦੇ ਪ੍ਰਚਲਨ ਸੀ ਇਹ ਗੱਲਾਂ ਵੀ ਜਿਹੜੀ ਗੱਲ ਇਹ ਕਹਿ ਦਿੰਦਾ ਉਹ ਗੱਲ ਮੁੜਦੀ ਨਹੀਂ ਹੁੰਦੀ। ਅੱਜ ਬਾਈ ਉਹਨੇ ਤੁਸੀਂ ਗੋਡੀ ਦਬਾ ਕੇ ਉਹਨੂੰ ਐਂ ਕਰਵਾ ਤਾ ਵੀ ਕਿਸਾਨੋ ਮੇਰੇ ਕੋਲ ਬਾਈ ਗਲਤੀ ਹੋ ਗਈ, ਮੈਂ ਦੇਸ਼ ਵਾਸੀਆਂ ਤੋਂ ਮਾਫੀ ਮੰਗਦਾ। ਆ ਜਿਹੜੀਆਂ ਗੱਲਾਂ ਨੇ ਨੀਤੀਆਂ ਦੀ ਪਹਿਲੀ ਪੌੜੀ ਚੜ੍ਹਦੇ ਨੂੰ ਆਪਾਂ ਨੇ ਡੇਗ ਲਿਆ। ਸਰਕਾਰੀ ਖਰੀਦ 29 ਨਵੰਬਰ ਨੂੰ ਸਵੈਟਰ ਲੈਣ ਦੇ ਵਿੱਚ ਇਹਨਾਂ ਦੀ ਮੀਟਿੰਗ ਸੀ, ਹੋਣੀ ਸੀ ਕਿਤੇ, ਜਿਹੜੀ ਮੁਲਤਵੀ ਹੋ ਗਈ। ਸ਼ਾਇਦ ਇਹੀ ਮੁਲਕ ਹੈ ਜਾਂ ਕੋਈ ਮੁਲਕਾ ਨਾ ਹੋਵੇ, ਉਹ ਅੱਗੇ ਕੀਤੀ ਜਾ ਸਕਦੀ ਹੈ। ਉੱਥੇ ਉਹਨਾਂ ਨੇ ਫੈਸਲਾ ਕਰਨਾ ਸੀ ਕਿ ਜਿਹੜੇ ਮੁਲਕਾਂ ਚ ਸਰਕਾਰੀ ਖਰੀਦ ਹੁੰਦੀ ਹੈ ਉਹਦੀ ਖਰੀਦ ਘਟਾ ਕੇ 15% ਕੀਤੀ ਜਾਵੇ। ਉਧਰ ਇਹ ਫੈਸਲਾ ਹੋਣ ਚੱਲਿਆ। ਅੱਜ ਦੁਨੀਆ ਹਿੰਦੁਸਤਾਨ ਦੀਆਂ ਸਾਰੀਆਂ ਸਟੇਟਾਂ ਦੇ ਵਿੱਚ ਇਹ ਗੱਲ ਚੱਲ ਪਈ ਕਿ MSP ਸਹਿ ਕੇ ਰਹਿਣੀ ਹੈ, MSP ਲੈ ਕੇ ਰਹਾਂਗੇ, MSP ਖਾਤਰ ਲੜਾਂ। ਹੁਣ ਮੈਂ ਥੋੜੀ ਜਿਹੀ ਡਿਟੇਲ ਤੁਹਾਨੂੰ ਦੱਸਦਾ ਕਿ ਤੁਸੀਂ ਖੁੰਡਾ ਤੇ ਜਾਣਾ, ਪਿੰਡਾਂ ਦੇ ਲੋਕਾਂ ਨੇ ਪੁੱਛਣਾ ਕਿ ਜਿੱਤ ਕੇ ਕੀ ਆਇਆ। ਬਹੁਤ ਸਾਰੀਆਂ ਗੱਲਾਂ ਦਾ ਮੈਂ ਤੁਹਾਡੇ ਜਾਣ ਤੋਂ ਪਹਿਲਾਂ ਆਪਣੇ ਪਰਿਵਾਰਾਂ ਦੇ ਵਿੱਚ TV ਨੇ, ਮੋਬਾਈਲ ਨੇ, ਤੁਹਾਡੇ ਪਹੁੰਚਣ ਤੋਂ ਪਹਿਲਾਂ ਘਰਾਂ ਚ ਪਤਾ ਲੱਗ ਜਾਣਾ। ਪਰ ਜਿਹੜੀ ਦੱਸਦੇ ਮੈਂ ਦੱਸਦੇ 9 ਦਿਨ ਲੱਗ ਕੇ ਲੈਣ ਵਾਸਤੇ ਜਿਹੜੀ ਇਹ ਚਰਚਾ ਸੀ ਕਿ ਇਹ ਮੋਰਚਾ 1 ਤਰੀਕ ਨੂੰ ਖਤਮ ਹੋਣ ਚੱਲਿਆ, ਇਹ ਸੋਢੀ ਦਾਖਲਦਾਰੀ ਕਰਕੇ ਇਹਦੇ ਤੇ 8-9 ਦਿਨ ਲੱਗ ਗਏ। ਕਿਉਂਕਿ ਉਦੋਂ ਤੱਕ ਆਪਣੇ ਹੱਥ ਚ ਕੋਈ ਚੀਜ਼ ਨਹੀਂ ਸੀ ਆਈ। ਸਰਕਾਰ ਵੱਲੋਂ ਐਲਾਨ ਹੋਇਆ ਉਹ ਕਾਨੂੰਨ ਸੰਸਦ ਜਾਂਦੇ ਹੋਗੇ, ਰਾਜ ਸਭਾ ਜਾਂਦੇ ਹੋਗੇ, ਰਾਸ਼ਟਰਪਤੀ ਨੇ ਸਾਈਨ ਕਰਤੇ, ਉਹ ਜਿੱਤ ਆਪਣੀ ਝੋਲੀ ਚ ਆ ਗਈ। ਪਰ ਜਿਹੜੀਆਂ ਮੰਗਾਂ ਉਹ ਕਾਨੂੰਨਾਂ ਦੇ ਨਾਲ ਜੁੜੀਆਂ ਹੋਈਆਂ ਸੀ, ਅਸੀਂ ਉਹਨਾਂ ਨੂੰ ਵੀ ਛੱਡ ਨਹੀਂ ਸਕਦੇ। ਵੈਸੇ ਤਾਂ ਇਹ ਭੋਲ ਦੀ ਇੱਕ ਪਾਲਸੀ ਹੁੰਦੀ ਹੈ, ਅੰਦੋਲਨਾਂ ਦੀ ਇੱਕ ਪਾਲਸੀ ਹੈ, ਜੰਗ ਦੀ ਇੱਕ ਪਾਲਸੀ ਹੈ ਕਿ ਜਦੋਂ ਦੁਸ਼ਮਣ ਹਾਰ ਕਰ ਲਵੇ ਉਦੋਂ ਉਹ ਮੋਰਚਾ ਛੱਡਦਾ ਹੁੰਦਾ। ਜਦੋਂ ਮੋਰਚਾ ਛੱਡਦਾ ਹੁੰਦਾ ਤਾਂ ਉਹਨੂੰ ਹੋਰ ਇੰਨਾ ਭਜਾਓ ਕਿ ਮੁੜ ਕੇ ਕਦੇ ਉਹ ਜਿਹੇ ਮੋਰਚੇ ਬਦਲਣ ਦੀ ਕੋਸ਼ਿਸ਼ ਨਾ ਕਰੇ। ਜੇ ਇਹ ਕੰਮ ਜਸੂਰ ਛੋਟੇ ਤੇ ਲਾਗੂ ਹੋ ਜਾਂਦਾ ਤਾਂ ਤੁਸੀਂ ਮੁੜ ਕੇ ਨਹੀਂ ਸੀ ਉੱਠਦੇ। ਇਹ ਕਸੂਰ ਲਾਗੂ ਹੋ ਗਿਆ ਹਾਕਮਾਂ ਤੇ, ਹਾਕਮ ਭੱਜ ਕੇ ਮਿਹਰਬਾਨੀ ਨਹੀਂ ਕੀਤੀ ਮੋਦੀ ਨੇ, ਉਦੋਂ ਐਲਾਨ ਕੀਤਾ ਜਦੋਂ ਕੁਰਸੀ ਦੇ ਪਾਵੇ ਹਿਲੇ ਨੇ, ਉਦੋਂ ਐਲਾਨ ਕੀਤਾ ਜਦੋਂ ਕੁਰਸੀ ਹੇਠੋਂ ਲਾਟਾਂ ਨਿਕਲੀਆਂ ਨੇ, ਉਦੋਂ ਐਲਾਨ ਕੀਤਾ ਜਦੋਂ ਖਤਰਾ ਪੈਦਾ ਹੋ ਗਿਆ ਕਿ ਪਾਰਲੀਮੈਂਟ ਦਾ ਜੂਤੀ ਵਿਛੜੀ ਆਉਂਦਾ। ਐ ਕੋਈ ਮਿਹਰਬਾਨੀ ਨਹੀਂ ਕੀਤੀ ਬਾਈ। ਇਸ ਕਰਕੇ ਜਿਹੜੀਆਂ ਐਲਾਨ ਦੀਆਂ ਮੰਗਾਂ ਸੀ ਸਭ ਤੋਂ ਜ਼ਰੂਰੀ ਰਕਮੀ ਮੰਗ ਇਹ ਸੀ ਕਿ ਅੰਦੋਲਨ ਦੇ ਵਿੱਚੋਂ 3 ਕਾਨੂੰਨਾਂ ਦਾ ਅੰਦੋਲਨ ਜਿੱਤ ਲਿਆ। ਪਰ ਇਸ ਅੰਦੋਲਨ ਦੌਰਾਨ ਜਿਹੜੇ ਪਰਚੇ ਦਰਜ ਹੋਏ ਆ, ਜਿਹੜੇ ਟਰੈਕਟਰ ਜਿਹੜਾ ਬੰਦ ਨੇ, ਜਿਹੜੇ ਲੋਕਾਂ ਨੇ ਇਸ ਘੋਲ ਦਾ ਸਮਰਥਨ ਕੀਤਾ, ਜਿਹੜੇ ਘੋਲ ਇਸ ਘੋਲ ਦੇ ਵਿੱਚ ਲੰਗਰ ਪਾਣੀ ਲਾਉਂਦੇ ਰਹੇ ਨੇ, ਉਹਨਾਂ ਦੇ ਜੇ ਪਰਚੇ ਨੇ, ਅੰਦੋਲਨਕਾਰੀਆਂ ਦੇ ਪਰਚੇ ਨੇ, ਉਹ ਬਿਨਾਂ ਸ਼ੱਕ ਰੱਦ ਕੀਤੇ ਜਾਣ। ਸਰਕਾਰ ਦੀ ਜਿਹੜੀ ਪਹਿਲੀ ਪ੍ਰਪੋਜ਼ਲ ਆਈ ਆਪਣੇ ਕੋਲੇ ਉਹ ਚ ਲਿਖਿਆ ਕਿ ਪਹਿਲਾਂ ਅੰਦੋਲਨ ਠਾਓ ਫਿਰ ਪਰਚੇ ਰੱਦ ਹੋਣਗੇ। ਆਪਾਂ ਨੇ ਉਹ ਪ੍ਰਪੋਜ਼ਲ ਵਾਪਸ ਭੇਜੀ ਕਿ ਸ਼ੱਕ ਨਾਲ ਹੀ ਆ ਗੱਲ ਕੱਢੋ, ਬਿਨਾਂ ਸ਼ੱਕ ਵਾਪਸ ਲਓ ਪਰਚੇ।
ਉਹ ਵਾਪਸ ਕੱਲ ਆ ਗਈ ਸੀ ਜਦ ਪ੍ਰਸਤਾਵ ਆ ਗਿਆ ਸੀ ਉਹ ਮੋੜ ਕੇ ਸਰਕਾਰ ਨੇ ਮੋਹਰ ਲਾ ਕੇ ਅੱਜ ਵਾਪਸ ਭੇਜਤਾ ਹੁਣ ਸਾਰੇ ਇਹਨਾਂ ਲੋਕਾਂ ਨੇ ਜਿਹੜੇ ਮੈਂ ਪਹਿਲਾਂ ਲੜਿਆ ਮੇਰੀਆਂ ਦਿੱਤੀ ਲਾਲ ਕਿਲੇ ਵਾਲਾ ਸਾਰੇ ਲੋਕਾਂ ਦੇ ਪਰਚੇ ਬਿਨਾਂ ਸ਼ਰਤ ਵਾਪਸ ਹੋਣਗੇ ਜਿਹੜੇ ਟਰੈਕਟਰ ਖੜੇ ਨੇ ਜੇ ਖਾਣਾ ਉਹ ਸਾਰੇ ਦੇ ਸਾਰੇ ਟਰੈਕਟਰ ਛੱਡੇ ਜਾਣਗੇ ਇੱਕ ਤਾਂ ਇਹ ਗੱਲ ਮੰਨੀ ਗਈ ਜਿਹੜੇ ਕਾਨੂੰਨ ਦੀਆਂ ਮੰਗਾਂ ਦੇ ਨਾਲ ਇੱਕ ਇਹ ਗੱਲ ਜੁੜ ਦੂਜੀ ਜਿਹੜੀ ਮੰਗ ਸੀ ਪਰਾਲੀ ਵਾਲੀ ਆਪਣੀ ਉਹ ਪਰਾਲੀ ਵਾਲੀ ਗੱਲ ਹੈ ਜਿਹੜੀ ਇੱਕ ਕਰੋੜ ਰੁਪਇਆ ਜੁਰਮਾਨਾ ਪੰਜ ਸਾਲ ਦੀ ਕੈਦ ਇਹ ਮਾਰਚ ਦੇ ਵਿੱਚ ਇਹਨਾਂ ਨੇ ਕੱਢਤੀ ਸੀ ਤੇ ਜਿਹੜੀ ਕਹਿੰਦੇ ਸੀ ਵੀ ਪਰਾਲੀ ਫੂਕਣਾ ਅਪਰਾਧ ਹੈ ਉਹ ਮੰਗ ਇਹਨਾਂ ਨੇ ਹੁਣ ਇਸ ਅੰਦੋਲਨ ਚ ਇਹਨਾਂ ਦਿਨਾਂ ਚ ਜਿਹੜੀ ਆ ਪੰਜ ਸੱਤ ਦਿਨਾਂ ਦੀ ਗੱਲ ਚੱਲੀ ਹੈ ਉਹਦੇ ਚ ਇਹ ਕਰ ਦਿੱਤਾ ਕਿ ਪਰਾਲੀ ਫੂਕਣਾ ਕਿਸਾਨ ਦੀ ਬੇਵਸੀ ਹੈ ਉਹ ਪਰਾਲੀ ਫੂਕਣ ਨੂੰ ਅਪਰਾਧ ਨਹੀਂ ਮੰਨਿਆ ਜਾ ਸਕਦਾ ਕਿਸੇ ਕਿਸਾਨ ਦੇ ਉੱਤੇ ਪਰਾਲੀ ਫੂਕਣ ਤੋਂ ਪਰਚਾ ਦਰਜ ਨਹੀਂ ਹੋ ਸਕਦਾ ਇੱਕ ਛੋਟਾ ਜਿਹਾ ਨੁਕਤਾ ਜਿਹੜਾ ਉਹਦੇ ਵਿੱਚ ਰਹਿ ਗਿਆ ਜਿਹੜਾ ਮਹਾ ਦੱਸਦੇ ਨੇ ਕਿ ਉਹਦੇ ਵਿੱਚ 15 ਧਾਰਾ ਇਹ ਰਹਿ ਗਈ ਜਿਹਦੇ ਵਿੱਚ ਇਹ ਲਿਖਿਆ ਹੋਇਆ ਕਿ ਕਿਸੇ ਪਰਾਲੀ ਫੂਕਣ ਵਾਲੇ ਨੂੰ ਡੀਸੀ ਉਹਦੇ ਪਲੈਂਟੀ ਲਾ ਸਕਦਾ ਇਹਦਾ ਮਤਲਬ ਡੀਸੀ ਜੁਰਮਾਨਾ ਲਾ ਸਕਦਾ ਇਹ ਗੱਲ ਵਿੱਚ ਰਹਿ ਗਈ ਪਰ ਵੱਡੀ ਪਰਾਲੀ ਵਾਲੀ ਗੱਲ ਮੰਨੀ ਹੁਣ ਸਵਾਲ ਇਹ ਹੈ ਵੀ ਡੀਸੀ ਜੁਰਮਾਨਾ ਉੱਥੇ ਲਾਊਗਾ ਜਿੱਥੇ ਬਾਈ ਜਥੇਬੰਦੀ ਜਿੱਥੇ ਜਥੇਬੰਦੀਆਂ ਉੱਥੇ ਡੀਸੀ ਦੀ ਆਪਾਂ ਧੌਣ ਫੜ ਕੇ ਜੀਵੀ ਕਰਕੇ ਲੜ ਲਾਂਗੇ ਲਾ ਦੀ ਜਾਵੇ ਧਿਆਨ ਨਾਲ ਸੁਣ ਦੀ ਗੱਲ ਇਹ ਹੈ ਤੁਸੀਂ ਆਪਦੇ ਚੁੱਲ੍ਹੇ ਤੇ ਆਪਦੇ ਜਵਾਕਾਂ ਨੂੰ ਆਪਦੇ ਗੁਣ ਤੇ ਬੈਠੇ ਲੋਕਾਂ ਨੂੰ ਗੱਲਾਂ ਦੱਸਣੀਆਂ ਨੇ ਤਾਂ ਬਣਾਇਆ ਬਾਈ ਸੁਣ ਹੁਣ ਇੱਕ ਗੱਲ ਹੈ ਵੱਡੀ ਬਾਈ MSP ਦੀ ਸਰਕਾਰੀ ਖਰੀਦ ਦੀ ਮਿਨੀਮਮ ਸਪੋਰਟ ਪ੍ਰਾਈਸ ਇਹ ਲੜਾਈ ਬਹੁਤ ਵੱਡੀ ਹੈ ਸਾਰੇ ਮੁਲਕ ਦੇ ਵਿੱਚ ਸਾਰੀਆਂ ਜਿਨਸਾਂ ਦੇ ਇਹ ਖਰੀਦ ਸ਼ੁਰੂ ਹੋਣ ਦੀ ਲੜਾਈ ਵੱਡੀ ਹੈ ਕਾਨੂੰਨਾਂ ਨਾਲੋਂ ਵੀ ਇਹ ਲੜਾਈ ਸੰਪੂਰਨ ਰੂਪ ਚ ਇਸ ਮੋਰਚੇ ਦੇ ਵਿੱਚ ਜਿੱਤੀ ਜਾ ਸਕਦੀ ਨਹੀਂ ਸਾਡਾ ਆਪਦਾ ਸੀ ਇਸ ਕਰਕੇ ਇਸ ਲੜਾਈ ਵੱਲ ਨੂੰ ਇਹਦੇ ਚ ਇੰਨੀ ਕੁ ਪ੍ਰਾਪਤੀ ਹੋਈ ਹੈ ਕਿ ਅਸੀਂ MSP ਤੇ ਇੱਕ ਕਦਮ ਗਾਹਾਂ ਪੱਟ ਲਿਆ ਉਹਦੀ ਕਮੇਟੀ ਬਣੀ ਹੈ ਕਮੇਟੀ ਨੇ ਭਾਵੇਂ ਕੱਖ ਦੇਣਾ ਨਹੀਂ ਮੈਂ ਤੁਹਾਡੇ ਨਾਲ ਬਹੁਤ ਸਪਸ਼ਟ ਗੱਲਾਂ ਕਰ ਰਿਹਾ ਬਾਈ ਮੈਂ ਉਹ ਗੱਲਾਂ ਕਰ ਰਿਹਾ ਕਿ ਤੁਹਾਨੂੰ ਕਿਸੇ ਭੁਲੇਖੇ ਚ ਨਹੀਂ ਰੱਖ ਕੇ ਲੈ ਕੇ ਜਾਣਾ ਤੁਹਾਡੇ ਨਾਲ ਵਾਅਦਾ ਸੀ ਇਹ ਵੀ ਜਿੰਨੀ ਪ੍ਰਾਪਤੀ ਹੋ ਉਹ ਹੀ ਸਟੇਟ ਤੋਂ ਦੱਸੀ ਜਾਓ ਜਿਹੜੀ ਪ੍ਰਾਪਤੀ ਨਾ ਹੋਈ ਤੁਹਾਡੇ ਕੋਲ ਦੱਸਾਂਗੇ ਵੀ ਆਹ ਰਹਿੰਦੀ ਹੈ ਬਾਈ ਇਹ MSP ਦੀ ਲੜਾਈ ਮੈਂ ਕਮੇਟੀ ਬਣਾਉਣੀ ਪ੍ਰਵਾਨ ਕਰ ਲਈ ਸਰਕਾਰ ਨੇ SKM ਦੇ ਨੁਮਾਇੰਦਿਆਂ ਵਿੱਚ ਜਾਣਗੇ ਇਹ ਵੀ ਪ੍ਰਵਾਨ ਹੈ ਇਹ ਧਰਨੇ ਦੇ ਵਿੱਚ ਆਪਦਾ ਫੈਸਲਾ ਦੇਊਗੀ ਇਹ ਵੀ ਪ੍ਰਵਾਨ ਹੈ ਪਰ ਤੁਹਾਨੂੰ ਇਹ ਗੱਲ ਧਿਆਨ ਚ ਰੱਖਣੀ ਚਾਹੀਦੀ ਹੈ ਕਿ ਕਮੇਟੀ ਦੇ ਫੈਸਲੇ ਦੇ ਵਿੱਚੋਂ ਕੁਝ ਨਿਕਲਣ ਵਾਲਾ ਨਹੀਂ ਹੈ ਉਹ ਆਪਾਂ ਨੇ ਇੱਕ ਪ੍ਰੋਸੈਸ ਦਿੱਤਾ ਗੱਲ ਕਹਿਣ ਨੂੰ ਕਿ ਤੁਸੀਂ ਕਮੇਟੀ ਬਣਾਈ ਉਹ ਕਮੇਟੀ ਦਾ ਫੈਸਲਾ ਦੁਰਸਤ ਨਹੀਂ ਹੈ ਅਸੀਂ ਇਹਨੂੰ ਪ੍ਰਵਾਨ ਨਹੀਂ ਕਰਦੇ ਸਾਡੀ ਲੜਾਈ ਜਾਰੀ ਹੈ ਇਹਦਾ ਮਤਲਬ ਇਹ ਨਿਕਲਿਆ ਕਿ MSP ਵਾਲੀ ਲੜਾਈ ਲੜਨੀ ਪੈਣੀ ਹੈ ਤੇ ਲੜ ਕੇ ਜਿੱਤਣੀ ਪੈਣੀ ਹੈ ਆਖਰੀ ਜਿਹੜੀ ਗੱਲ ਹੈ ਕਿ ਬਿਜਲੀ ਬਿੱਲ 2020 ਦੀ ਉਹ ਬਿਜਲੀ ਬਿੱਲ 2020 ਇਸ ਸੈਸ਼ਨ ਚ ਜਿਹੜਾ 29 ਨਵੰਬਰ ਨੂੰ ਚੱਲਿਆ ਤੇ 23 ਦਸੰਬਰ ਨੂੰ ਖਤਮ ਹੋਣਾ ਇਸ ਸੈਸ਼ਨ ਚ ਪੇਸ਼ ਕਰਨਾ ਸੀ ਉਹਨਾਂ ਨੇ ਕਿਹਾ ਇਹ ਗੱਲ ਵੀ
ਅਸੀਂ ਤੁਹਾਡੀ ਸਲਾਹ ਤੋਂ ਬਿਨਾਂ ਤੁਹਾਡੇ ਨਾਲ ਮਸ਼ਵਰਾ ਕਰੇ ਤੋਂ ਬਿਨਾਂ ਖੱਪ ਕਰਨ ਦਾ ਤਸਲਾ ਕਰੇ ਤੋਂ ਬਿਨਾਂ ਇਹ ਦਿਨ ਪੇਸ਼ ਨਹੀਂ ਕਰਦੇ। ਇਹ ਬੇਈਮਾਨਾ ਹੋ ਸਕਦਾ, ਇਹ ਚਲਾਕੀ ਹੋ ਸਕਦੀ ਹੈ। ਇਹਦੀ ਗੱਲ ਇਸ ਬਿਲ ਤੇ ਬਣੀ ਹੈ। ਹੁਣ ਮੈਨੂੰ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਜਿਹੜੀਆਂ ਗੱਲਾਂ ਸਰਕਾਰ ਨੇ ਮੰਨਣੀਆਂ ਉਹਨਾਂ ਤੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ, ਸ਼ੱਕ ਨਾਲ ਹਮੇਸ਼ਾ ਦੇਖਣਾ। ਜੇ ਕੇਸ ਬਾਦਸ਼ਾਹ ਦਾ ਪਰ ਨੇਕੀ ਦੇਦਾ ਉਹਦੇ ਤੇ ਕੋਈ ਠੋਸ ਫੈਸਲਾ ਮੰਨਣਾ ਵੀ ਨਹੀਂ ਹੁੰਦੀ ਤਾਂ ਇਹ ਜਿਹੜੀਆਂ ਸਟੇਟਾਂ ਨੇ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਇਸ ਅੰਦੋਲਨ ਦੇ ਵਿੱਚ ਲੜੀਆਂ ਨੇ ਉਹਨਾਂ ਦੀ 15 ਜਨਵਰੀ ਨੂੰ ਦੁਬਾਰੇ ਦਿੱਲੀ ਦੇ ਵਿੱਚ ਮੀਟ ਮੁੜਦਾ ਗਿਆ। ਕੁੱਲ ਗੱਲਾਂ ਤੇ ਕਿੰਨੀ ਅਮਲਦਾਰੀ ਹੋ ਗਈ ਉਹਦੀ ਚਰਚਾ ਹੋਈ ਤੇ ਜੇ ਵਾਪਸੀ ਵਾਸਤੇ ਕਿਸੇ ਗੱਲ ਤੇ ਅੰਦੋਲਨ ਲੜਨਾ ਪੈ ਗਿਆ ਉਹਦਾ ਕੋਈ ਵੀ ਰੂਪ ਹੋ ਸਕਦਾ। ਇਹੀ ਨਹੀਂ ਵੀ ਆਪਾਂ ਇਤਿਹਾਸ ਕਰਨਾ ਤੇ ਅੱਗੇ ਰੱਖਣਾ, ਉਹਦਾ ਕੋਈ ਵੀ ਰੂਪ ਹੋਵੇ ਉਹ ਅੰਦੋਲਨ ਕੁਛ ਲੂਗਾ। ਇਹਦਾ ਮਤਲਬ ਇਹ ਕਿ ਤੁਸੀਂ ਬਹੁਤ ਵੱਡੀ ਮਨ ਮਾਰ ਲਈ ਹੈ। ਮੈਨੂੰ ਇੱਕ ਸੋਸ਼ਲ ਮੀਡੀਆ ਵਾਲਾ ਪੁੱਛਦਾ ਸੀ ਬਾਈ ਇੱਥੇ ਵੀ ਬਾਈ ਤੁਸੀਂ ਇੰਨੇ ਲੋਕਾਂ ਨੂੰ ਇਕੱਠੇ ਕਿਵੇਂ ਕਰ ਰਹੇ ਹੋ, ਤੁਸੀਂ ਉਹਨਾਂ ਲੋਕਾਂ ਨੂੰ ਦੇਖ ਰਹੇ ਕਿਵੇਂ ਸਟੈ, ਇਹ ਤੁਹਾਡੀ ਗੱਲ ਕਿਵੇਂ ਮੰਨ ਲੈਂਦੇ। ਤੁਹਾਨੂੰ ਬਾਈ ਐਂ ਤਾਂ ਪਤਾ ਨਾ ਵੀ ਅਸੀਂ ਨਾ ਤਾਂ ਤੁਹਾਨੂੰ ਤਨਖਾਹ ਦਿੰਦੇ ਹਾਂ, ਨਾ ਤੁਹਾਡੀ ਪੈਨਸ਼ਨ ਵੱਧ ਕਰਦੇ ਹਾਂ, ਨਾ ਤੁਹਾਡੇ ਜਵਾਬ ਨੂੰ ਨੌਕਰੀ ਦੇ ਸਕਦੇ ਹਾਂ, ਨਾ ਤੁਹਾਨੂੰ ਬਾਈ ਆਪਣੇ ਅਸੀਂ ਦਾਰੂ ਦੇ ਸਕਦੇ ਹਾਂ, ਨਾ ਤੁਹਾਨੂੰ ਕਰਕੇ ਚਾਹ ਨਾਲ ਭੱਜਿਆ ਚਰਚਾ ਦੇ ਸਕਦੇ ਹਾਂ। ਅਸੀਂ ਤਾਂ ਤੁਹਾਨੂੰ ਬਾਈ ਕਹਿ ਸਕਦਾ ਚੱਕ ਲਾਉਣਾ ਤਾਂ ਬਾਈ ਦਿਲ ਨੂੰ ਹੋ ਜਾਂਦਾ ਤੈਨੂੰ ਆਹ ਮੋਰਚਾ ਤੋਂ ਨਾ ਮੋਰਚਾ ਤੋਂ ਨਾ ਉਹ ਕੰਮ ਨਹੀਂ। ਇਹਦਾ ਮਤਲਬ ਇਹ ਵੀ ਜਿਹੜੇ ਲੋਕ ਸਾਡੇ ਇਸ ਸਤੇ ਤੇ ਆਏ ਨੇ ਉਹ ਬੇਗਰਜ ਲੋਕ ਨੇ, ਆਪਦੀ ਗੱਲ ਸਮਝ ਕੇ ਆਏ ਨੇ, ਆਪਦੀ ਗੱਲ ਦੀ ਖਾਤਰ ਲੜਨੇ। ਜਿੱਥੇ ਤੱਕ ਇਹ ਜਾਤੇ ਦਾ ਸਵਾਲ ਹੈ ਇਹ ਗੱਲ ਇੱਥੋਂ ਇਸ ਸਟੇਜ ਤੋਂ ਚੱਲਦੀ। ਮੈਨੂੰ ਲੱਗਦਾ ਵੀ ਹਿੰਦੁਸਤਾਨ ਦਾ ਨਹੀਂ ਦੁਨੀਆਂ ਦਾ ਕੋਈ ਕੋਨਾ ਨਹੀਂ ਬਚਿਆ ਜਿੱਥੇ ਇਹ ਗੱਲ ਥੋੜੀ ਗਈ। ਜੇ ਤੁਸੀਂ ਡਿਸਪਲਿਨ ਦਿਖਾਉਂਦੇ ਰਹੇ ਹੋ, ਜੇ ਤੁਸੀਂ ਗੱਲ ਸਮਝਦੇ ਰਹੇ ਹੋ ਤਾਂ ਇਸ ਗੱਲ ਦਾ ਸਿੱਟਾ ਹੈ। ਮੈਨੂੰ ਨਹੀਂ ਲੱਗਦਾ ਜਦੋਂ ਅੱਜ ਅੰਦੋਲਨ ਸਮਾਪਤ ਹੋ ਰਿਹਾ ਹੈ ਆਪਾਂ ਵੀ ਸਮਾਪਤੀ ਦਾ ਐਲਾਨ ਕਰਨਾ ਹੈ। ਐਡੀ ਵੱਡਾ ਇਕੱਠ ਮੈਨੂੰ ਨਹੀਂ ਲੱਗਦਾ ਵੀ ਕਿਸੇ ਸਟੇਜ ਤੇ ਅੱਜ ਹੋਇਆ ਹੋਊਗਾ, ਯਾਨੀ ਐਡਾ ਵੱਡਾ ਇਕੱਠ ਕਿਉਂਕਿ ਸਾਡੇ ਜਨਤਾ ਦੇ ਬਹੁਤ ਪਿੱਛੇ ਟੁਰੀ ਕਰ ਗਈ। ਇਸ ਕਰਕੇ ਆਹ ਜਿਹੜੀਆਂ ਪ੍ਰਾਪਤੀਆਂ ਨੇ ਇਹ ਆਪਾਂ ਇਸ ਅੰਦੋਲਨ ਚ ਕਰ ਲਈਆਂ। ਮੈਨੂੰ ਪਤਾ ਬਾਈ ਤੁਸੀਂ ਚਾਹ ਪੀਣੀ ਹੋਣੀ, ਭਾਸ਼ਣ ਕਰਨਾ, ਘੰਟਾ ਹੋਰ ਦੇ ਸਕਦਾ, ਪਰ ਇਹ ਗੱਲ ਇਹ ਹੈ ਵੀ ਆਹ ਜਿੱਤ ਆਪਾਂ ਨੇ ਜਿੱਤ ਲਈ ਹੈ। ਮੋਰਚਾ ਜਿਹੜਾ ਅੱਜ ਖਤਮ ਹੋ ਗਿਆ ਤੇ ਹੁਣ ਕੱਲ ਨੂੰ ਦੱਸ ਦੋ ਗਿਆਰਾਂ ਤੋਂ ਬਾਰਾਂ ਵਜੇ ਤੱਕ ਸਿਰਫ ਇੱਕ ਘੰਟਾ ਸਟੇਜ ਚੱਲੂਗੀ, ਇੱਕ ਘੰਟਾ। ਉਹ ਇੱਕ ਘੰਟਾ ਵੀ ਆਪਾਂ ਜਿਹੜੇ ਬੁੱਢੀ ਜੀ ਦੀ ਬੇਕਸੂਰੇ ਜਿਹੜੇ ਪਸੰਦ ਨੇ ਮਨੁੱਖੀ ਅਧਿਕਾਰ ਦਿਵਸ ਮਨਾਉਣਾ, ਆਪਾਂ ਨੂੰ ਉਹਨਾਂ ਨੂੰ ਰਿਹਾਈ ਦੀ ਗੱਲ ਕਰਨੀ। ਇਸ ਕਰਕੇ 11 ਤੋਂ 12 ਵਜੇ ਤੱਕ ਤੁਹਾਡਾ ਕੰਮ ਇੱਕ ਘੰਟਾ ਲਵਾਂ। ਅੱਜ ਤੁਸੀਂ ਜੋ ਮਰਜ਼ੀ ਜਸ਼ਨ ਮਨਾਓ, ਜੋ ਮਰਜ਼ੀ ਦਾ ਇਹ ਨਹੀਂ ਵੀ ਦਾਰੂ ਤੋੜੀ ਕਰੋ ਤੁਸੀਂ ਕੰਮ ਭਗੜੇ ਭੁਗੜੇ ਬਈ ਮਨਾ ਲਓ ਜਸ਼ਨ, ਪਰ ਇੱਕ ਗੱਲ ਦਾ ਧਿਆਨ ਰੱਖਿਓ ਆਪਣਾ ਚੱਲਣ ਦਾ ਪ੍ਰੋਗਰਾਮ ਕੱਲ ਦਾ ਦਿਨ ਸਮਾਨ ਇਕੱਠਾ ਕਰਕੇ ਲੜਨ ਦਾ, ਪਰਸੋਂ ਨੂੰ ਆਪਾਂ ਤੁਰਨ ਦਾ ਫੈਸਲਾ ਕੀਤਾ ਵੀ ਪਰਸੋਂ ਤੁਰਾਂਗੇ 11 ਵਜੇ।
ਬਗੈਰ ਤੁਹਾਡੇ ਜਾਣਾਂਗੇ ਜਿਵੇਂ ਜਿਹੜੇ ਹੌਸਲੇ ਲੈ ਕੇ ਪੰਜਾਬ ਚੋਂ ਚੱਲੇ ਸੀ ਉਸੇ ਹੌਸਲਿਆਂ ਨਾਲ ਜਾਣਾਂਗੇ। ਇੱਕ ਗੱਲ ਜਾਂਦੇ ਜਾਂਦੇ ਸੁਣ ਲਿਓ, ਕੰਮ ਨਹੀਂ ਕਰਿਆ ਬਾਈ, ਬਹੁਤ ਸਾਰੇ ਸਾਥੀ ਸਾਡੇ ਵੱਲੋਂ ਵਿਛੜ ਗਏ ਸੀ ਵਿਦਰੋਹ। ਸਾਡਾ ਅੱਜ ਦਾ ਇਹ ਮੋਰਚਾ ਉਹਨਾਂ ਸਾਡੇ ਸਾਥੀਆਂ ਨੂੰ ਸਲਾਮ ਕਰਦਾ ਤੇ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਾਹਰਦਾ। ਮੇਰੀ ਇੱਥੇ ਸਾਡੀ ਜਥੇਬੰਦੀ ਦੀ ਸਾਰੀ ਲੀਡਰਸ਼ਿਪ ਦੀ ਇੱਕ ਇੱਛਾ ਹੈ ਕਿ ਜਦੋਂ ਤੁਸੀਂ ਇੱਥੋਂ ਜਾਣੋ ਰਾਸਤੇ ਦੇ ਵਿੱਚ ਇਸ ਛਮੇ ਨਾਲ ਜਾਣਾ ਤੇ ਕੋਈ ਕਿਸੇ ਕਿਸਮ ਦੀ ਵਾਰਦਾਤ ਨਾ ਹੋ। ਜਿਵੇਂ ਅਸੀਂ ਇਸ ਹਿੱਸੇ ਨੂੰ ਲੈ ਕੇ ਆਇਆ ਇਸੇ ਤਰ੍ਹਾਂ ਬਣਿਆ ਬਣਾਇਆ ਖੁਸ਼ੀਆਂ ਭਰਾ ਇਹ ਵਿਹੜਾ ਪੰਜਾਬ ਦੀ ਧਰਤੀ ਤੇ ਆਪਣੇ ਘਰਾਂ ਤੇ ਜਾ ਕੇ ਪੈਰ ਧਰੇ, ਸਾਡੀ ਇਹ ਮਨੋਕਾਮਨਾ। ਮੈਂ ਉਤੋਂ ਆਸ ਕਰਦਾ ਜਿਵੇਂ ਜਿਸ ਨਾਲ ਚੱਲੋ ਕੋਈ ਵੀ ਗੱਡੀ ਓਵਰਟੇਕ ਨਾ ਕਰੇ, ਕੋਈ ਬੰਦਾ ਨਸ਼ਾ ਪੀ ਕੇ ਡਰਾਈਵ ਨਾ ਕਰੇ। ਇਹ ਬਾਈ ਸੋਡੀਆਂ ਜ਼ਿੰਮੇਵਾਰੀਆਂ ਨੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਆਪਾਂ ਨੇ ਸਾਰੇ ਲੋਕੀ ਨਾਰੇ ਲਾ ਕੇ 6 ਦਿਨਾਂ ਦੀ ਸਮਾਪਤੀ ਕਰਨੀ ਹੈ, ਸਾਰਾ ਆਉਂਦਿਆਂ ਦੇ ਸਾਰਾ ਕੁਝ ਆਪਾਂ ਨੂੰ ਦੱਸਦਾ। ਆਹ ਇੱਕ ਨਾਲ ਹੈ ਨਾਲੋ ਨਾਲ, ਇਹ ਦੇਖਣਾ ਆਪਾਂ ਕਾਫਲਾ ਜਿਹੜਾ ਪਰਸੋਂ ਤੋਰਨਾ, ਕਾਹਲੀ ਨਹੀਂ ਕਰਨੀ ਕਿਸੇ ਗੱਲ ਦੇ। ਕਈ ਆਈ ਹੋ ਜਾਂਦੇ ਵੀ ਆਪਾਂ ਅੱਜ ਹੀ ਤੋਰ ਜੀ। ਮੇਰੀਓ ਭੈਣੋ, ਤੁਸੀਂ ਜਿਸ ਦਿਨ ਦਾ ਇੰਤਜ਼ਾਰ ਕਰ ਰਹੇ ਸੀ ਅੱਜ ਉਹ ਦਿਨ ਆ ਗਿਆ ਜਿਹਨੂੰ ਤੁਸੀਂ ਕਹਿੰਦੇ ਸੀ ਦੁਨੀਆਂ ਦੇ ਲੋਕਾਂ ਨੂੰ ਕਿ ਜਿਹੜਾ ਹੰਕਾਰੀ ਪਹਿਲਵਾਨ ਤੇ ਢਾਇਆ ਨਹੀਂ ਜਾਂਦਾ ਆਪ ਬਾਈ ਸਿੱਧ ਕੀਤਾ। ਕਿਸਾਨਾਂ ਮਜ਼ਦੂਰਾਂ ਦਾ ਇੱਕ ਅੱਜ ਜਿੰਦਾਬਾਦ, ਕਿਸਾਨਾਂ ਮਜ਼ਦੂਰਾਂ ਦਾ ਇੱਕ ਅੱਜ ਜਿੰਦਾਬਾਦ, ਸਾਡੀਆਂ ਮਾਵਾਂ ਭੈਣਾਂ ਦਾ ਇੱਕ ਅੱਜ ਜਿੰਦਾਬਾਦ। ਇਹ ਜਿੱਤ ਦੁਨੀਆ ਦੇ ਵਿੱਚ ਇਹ ਮਹਾਨ ਜਿੱਤ ਹੈ, ਬਹੁਤ ਵੱਡੀ ਜਿੱਤ ਹੈ। ਜਾਨੀ ਇਹੋ ਜਿਹਾ ਅੰਦੋਲਨ ਨਾ ਇਹ ਤੋਂ ਪਹਿਲਾਂ